ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਫੈਸਲਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਕਿਸਾਨ ਤੇ ਆੜ੍ਹਤੀਆਂ ਦੇ ਵਿੱਚ ਕਿਤੇ ਨਾ ਕਿਤੇ ਮਤਭੇਦ ਪੈਦਾ ਕਰਕੇ ਆਪਸੀ ਰਿਸ਼ਤਿਆਂ ਨੂੰ ਵਿਗਾੜ ਕੇ ਟਕਰਾਅ ਪੈਦਾ ਕਰਨ ਦੀ ਇੱਕ ਸਾਜ਼ਿਸ਼ ਦਾ ਹਿੱਸਾ ਲੱਗਦਾ। ਜਿੱਥੇ ਤੱਕ ਸਿੱਧੀ ਅਦਾਇਗੀ ਦੀ ਗੱਲ ਹੈ, ਬੇਸ਼ੱਕ ਕਿਸਾਨਾਂ ਦੇ ਵੀ ਇੱਕ ਹਿੱਸੇ ਨੂੰ ਇਹਦਾ ਫਾਇਦਾ ਹੋ ਸਕਦਾ ਬੇਸ਼ੱਕ, ਪਰ ਇਹਦਾ ਜਿਹੜਾ ਹੈ ਜਿੰਨੀ ਦੇਰ ਤੱਕ ਕਿਸਾਨ ਤੇ ਆੜ੍ਹਤੀਏ ਆਪਸੀ ਚ ਬੈਠ ਕੇ ਆਪਸੀ ਸਹਿਮਤੀ ਨਾਲ ਕੰਸੈਂਸਸ ਨਾਲ ਕੋਈ ਫੈਸਲਾ ਨਹੀਂ ਕਰਦੇ, ਉਨੀ ਦੇਰ ਸਰਕਾਰਾਂ ਨੂੰ ਜ਼ਬਰਦਸਤੀ ਇਹ ਫੈਸਲਾ ਠੋਸਣਾ ਨਹੀਂ ਚਾਹੀਦਾ। ਇਹ ਕਿਸਾਨਾਂ ਦੇ ਤੇ ਆੜ੍ਹਤੀਆਂ ਦੇ ਛੱਡ ਦੇਣਾ ਚਾਹੀਦਾ, ਔਰ ਇਹ ਉਹਨਾਂ ਦੇ ਆਪਸੀ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਵਿਗਾੜਨ ਵੱਲ ਕਿਸੇ ਤਰ੍ਹਾਂ ਦੀ ਸਾਜ਼ਿਸ਼ ਨਹੀਂ ਰਚਣੀ ਚਾਹੀਦੀ। ਮੈਂ ਸਮਝਦਾ ਬੜਾ ਮਦਭਾਗਾ ਫੈਸਲਾ, ਜਿਸ ਤਰ੍ਹਾਂ ਇੱਕ ਕਿਸਮ ਦਾ ਸਰਕਾਰ ਵੱਲੋਂ ਠੋਸਿਆ ਗਿਆ ਫੈਸਲਾ ਜਿਹੜਾ ਹੈ, ਇਹ ਕਿਸਾਨ ਤੇ ਆੜ੍ਹਤੀ ਦੇ ਆਪਸੀ ਸਬੰਧਾਂ ਦੇ ਵਿੱਚ ਫਰਕ ਪਾਏਗਾ ਤੇ ਪਰੇਸ਼ਾਨੀਆਂ ਖੜੀਆਂ ਕਰ। ਪਰ ਕੇਂਦਰ ਸਰਕਾਰ ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਿਹਾ ਤਾਂ ਕਿ ਕਿਸਾਨਾਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਕੇ ਆੜ੍ਹਤੀਆਂ ਦੇ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਉਹ ਖਰਾਬ ਕੀਤਾ ਜਾ ਸਕੇ। ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਇਹ ਜਿਹੀਆਂ ਕੁਝ ਚਾਲਾਂ ਤੋਂ ਬਾਜ਼ ਆਉਣਾ ਚਾਹੀਦਾ। ਔਰ ਕੱਲ੍ਹ ਵੀ ਮੈਂ CM ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਜਲਦ ਤੋਂ ਜਲਦ ਸਰਕਾਰ ਦੇ ਨੁਮਾਇੰਦੇ ਨਾਲ, ਮੰਤਰੀਆਂ ਨਾਲ, ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇ ਤਾਂ ਕਿ ਇੱਕ ਮਹੀਨੇ ਬਾਅਦ ਜਿਹੜੀ ਇੱਕ ਬਹੁਤ ਵੱਡੀ ਕਨਫਿਊਜ਼ਨ ਵਿਪਤਾ ਪੰਜਾਬ ਦੇ ਸਿਰ ਪੈਣ ਵਾਲੀ ਹੈ ਉਹਨੂੰ ਉਹ ਤੋਂ ਬਚਿਆ ਜਾ ਸਕੇ। Thank you.